ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਕਰਦੇ ਹਾਂ ਸਵਾਗਤ ਤੁਹਾਡੇ ਆਪਦੇ YouTube ਚੈਨਲ ਟਰੈਕਟਰ ਵੀਆ 2 ਤੇ ਸਾਡੇ ਚੈਨਲ ਦੇ ਉੱਪਰ ਸਭ ਤੋਂ ਪਹਿਲਾਂ ਤਾਂ ਜਿਹੜੇ ਵੀਰ ਆਏ ਨੇ ਨਵੇਂ ਚੈਨਲ ਸਬਸਕ੍ਰਾਈਬ ਮੇਰਾ ਵੀਰ ਬਣ ਕੇ ਜ਼ਰੂਰ ਕਰਿਓ ਲਾਲ ਰੰਗ ਦਾ ਸਬਸਕ੍ਰਾਈਬਰ ਬਟਨ ਤੁਹਾਨੂੰ ਥੱਲੇ ਸ਼ੋ ਹੋਂਦਾ ਪਿਆ ਉਹਨੂੰ ਕਲਿੱਕ ਕਰਕੇ ਤੇ ਨਾਲ ਲੱਗੇ ਘੰਟੀ ਦੇ ਆਪਸ਼ਨ ਨੂੰ ਆਲ ਤੇ ਜ਼ਰੂਰ ਸੈੱਟ ਕਰਿਓ ਤਾਂ ਕਿ ਜਿਹੜੀ ਵੀ ਵੀਡੀਓ ਪਾਵਾਂਗੇ ਤੁਹਾਨੂੰ ਸਭ ਤੋਂ ਪਹਿਲਾਂ ਪਤਾ ਲੱਗ ਜੇ ਤੁਸੀਂ ਸਾਡੀ ਵੀਡੀਓ ਜਿਹੜੀ ਸਭ ਤੋਂ ਪਹਿਲਾਂ ਵੇਖ ਸਕੋ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਵੱਧਦੇ ਹਾਂ ਮਸ਼ੀਨ ਦੀ ਡਿਟੇਲ ਦੇ ਨਾਰਥ ਕੰਪਨੀ ਦਾ 2018 ਮਾਡਲ ਆ ਇਹ ਤੇ ਰੀਪਰ ਪੂਰੀ ਚੰਗੀ ਹਾਲਤ ਰੇ ਵਿੱਚ ਪਿਆ ਹੋਇਆ ਜੀ ਕੋਈ ਰੀਪਰ ਕੰਮ ਨਹੀਂ ਭਾਲਦਾਗਾ ਰੰਗ ਪੇਂਟ ਦਾ ਸੋਹਣਾ ਪਿਆ ਰੇ ਜਿਹਨਾਂ ਰੰਗਾ ਬਲੇਡ ਵਗੈਰਾ ਵਧੀਆ ਪਏ ਨੇ ਟਾਇਰ ਵਗੈਰਾ ਚੰਗੀ ਹਾਲਤ ਰੇ ਵਿੱਚ ਪਏ ਨੇ ਗੀਅਰ ਬਾਕਸਾ ਪੂਰਾ ਸੈੱਟ ਪਿਆ ਕੋਈ ਕੰਮ ਨਹੀਂ ਕਰਦੀਗੀ 1,75,000 ਰੁਪਇਆ ਮਾਲਕ ਵੀਰਾਂ ਵੱਲੋਂ ਡਿਮਾਂਡ ਸੇਗੀ ਰੱਖੀ ਗਈ ਮੌਕੇ ਤੇ ਘੱਟ ਵੱਧ ਕਰ ਲੈਣਗੇ ਜਿਹੜੇ ਵੀਰਾਂ ਨੇ ਵੀ ਲੈਣਾ ਹੋਵੇ ਇਹ ਤੂੜੀ ਵਾਲਾ ਰੀਪਰ ਮਾਲਕਾਂ ਦੇ ਸੰਪਰਕ ਦੇ ਨੰਬਰ ਆਪਾਂ ਤੁਹਾਨੂੰ ਥੱਲੇ ਦੇ ਰਹੇ ਹਾਂ ਇਹਨਾਂ ਨੰਬਰਾਂ ਤੇ ਕਾਲ ਕਰਕੇ ਜਾਂ ਫਿਰ WhatsApp ਤੇ ਗੱਲਬਾਤ ਕਰਕੇ ਇਹਨਾਂ ਵੀਰਾਂ ਕੋਲੋਂ ਤੁਸੀਂ ਇਹ ਤੂੜੀ ਵਾਲੀ ਮਸ਼ੀਨ ਖਰੀਦ ਸਕਦੇ ਹੋ ਜਿੰਨਾਂ ਨੂੰ ਵੀ ਲੋੜ ਹੋਵੇ ਤੇ ਬਾਕੀ ਜਿਨ੍ਹਾਂ ਨੇ ਮੰਡੀ ਲਾਈਵ ਵੀਡੀਓ ਨਹੀਂ ਵੇਖੀ ਡਿਸਕ੍ਰਿਪਸ਼ਨ ਬਾਕਸ ਵਿੱਚ ਲਿੰਕ ਦਿੱਤੇ ਹੋਣਗੇ ਜਾ ਕੇ ਚੈੱਕ ਆਊਟ ਕਰ ਲਿਓ ਤੇ ਅਗਲੀ ਜਿਹੜੀ ਮੋਗਾ ਮੰਡੀ ਲਾਈਵ ਆ ਉਹ ਜੱਟ ਜੋਨ ਤੇ ਵੀ ਆਊਗੀ ਤੇ ਟਰੈਕਟਰ ਬਿਆਰ ਵਾਲੇ ਤੇ ਵੀ ਆਊਗੀ ਜੱਟ ਯੂਲ ਚੈਨਲ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੋਇਆ ਜਾ ਕੇ ਚੈੱਕ ਆਊਟ ਕਰਕੇ ਸਬਸਕ੍ਰਾਈਬ ਮੇਰਾ ਵੀਰ ਬਣ ਕੇ ਕਰ ਲਿਓ ਤੇ ਹੁਣ ਆਪਾਂ ਅੱਗੇ ਗੱਲ ਕਰ ਲੈਣੀ ਆ ਅੱਗੇ ਆਪਣੇ ਕੋਲ ਸੇਲ ਦੇ ਵਿੱਚ ਆ ਜਾਂਦਾ ਜੀ ਸਵਰਾਜ 855 2017 ਮਾਡਲ ਦਾ ਟਰੈਕਟਰ ਇਹ 4 ਸਟਾਰ ਰਿਵਰਸ ਪੀਟੀਓ ਬੰਪਰ ਵਗੈਰਾ ਲੱਗਾ ਹੋਇਆ ਡਬਲ ਪੰਪਾ ਪਾਵਰ ਸਟੀering ਆ 750 ਘੰਟਾ ਟਰੈਕਟਰ ਚੱਲਿਆ ਹੋਇਆ ਜੀ ਕਾਲ ਰਹਿ ਜੇ ਨਾਲ ਮਾਲਕਾਂ ਦੱਸਣ ਅਨੁਸਾਰ ਤੇ 80 ਤੋਂ 90 ਪੈਸੇ ਦੇ ਟਾਇਰ ਪਏ ਹੋਏ ਨੇ ਟਰੈਕਟਰ ਦੇ ਟਰੈਕਟਰ ਜੋ ਇੰਜਨ ਗੇਅਰ ਲੈਫਟ ਮਗਰਲੇ ਸਰਾ ਪੂਰਾ ਸੀਲਡ ਪਿਆ ਕੋਈ ਕੰਮ ਨਹੀਂ ਭਾਲਦਾਗਾ ਕੋਈ ਕਮੀ ਪੇਸ਼ੀ ਨਹੀਂ ਕਿਤੋਂ ਰੰਗ ਦਵਾਰਾ ਨਹੀਂ ਹੋਇਆ ਟਰੈਕਟਰ ਨੂੰ ਤੇ ਬਾਕੀ ਵਾ ਕੇ ਚਲਾ ਕੇ ਚੈੱਕ ਕਰਨ ਦੀ ਪੂਰੀ ਗਾਰੰਟੀ ਦੇ ਰਹੇ ਨੇ ਮੈਸਤਰੀ ਲਿਆ ਕੇ ਤੁਸੀਂ ਆਪ ਦਾ ਚੈੱਕ ਚੁੱਕ ਕਰਾ ਲਿਓ 5 ਲੱਖ ਤੇ 70000 ਰੁਪਇਆ ਮਾਲਕਾਂ ਵੱਲੋਂ ਡਿਮਾਂਡ ਸਗੀ ਰੱਖੀ ਗਈ ਹੈ ਟਰੈਕਟਰ ਦੀ ਬਾਕੀ ਮੌਕੇ ਤੇ ਘਟਵਾਦ ਕਰ ਲੈਣਗੇ ਜੋ ਵੀ ਮਾਲਕਾਂ ਦੇ ਨੰਬਰ ਆ ਤੁਹਾਨੂੰ ਥੱਲੇ ਦਿੱਤੇ ਜਾ ਰਹੇ ਨੇ ਇਹਨਾਂ ਨੰਬਰਾਂ ਤੇ ਫੋਨ ਲਾ ਕੇ ਜਾਂ ਫਿਰ ਵਟਸਐਪ ਤੇ ਗੱਲਬਾਤ ਕਰਕੇ ਇਹਨਾਂ ਵੀਰਾਂ ਕੋਲੋਂ ਇਹ ਟਰੈਕਟਰ ਖਰੀਦ ਸਕਦੇ ਹੋ ਜਿੰਨਾਂ ਵੀਰਾਂ ਨੂੰ ਲੋੜ ਹੋਵੇ ਜਿਹੜੇ ਵੀਰ ਭਾਈ ਸੱਜਣ ਮਿੱਤਰੇ ਟਰੈਕਟਰ ਲੈਣ ਦੇ ਚਾਹਵਨ ਹੋਣ ਤਾਂ ਖਰੀਦ ਸਕਦੇ ਨੇ ਬਾਕੀ ਡਿਸਕ੍ਰਿਪਸ਼ਨ ਬਾਕਸ ਜ਼ਰੂਰ ਚੈੱਕ ਕਰਿਓ ਮੇਰਾ ਵੀਰ ਬਣ ਕੇ ਤੇ ਹੁਣ ਆਪਾਂ ਅੱਗੇ ਗੱਲ ਕਰ ਲੈਨੇ ਆ ਅੱਗੇ ਆਪਣੇ ਕੋਲ ਸੇਲ ਦੇ ਵਿੱਚ ਆ ਜਾਂਦੀ ਹੈ ਜੀ 11 ਫੁੱਟੀ ਟਰਾਲੀ 11 ਫੁੱਟੀ ਟਰਾਲੀ ਹੈ ਜੀ 2021 ਮਾਡਲ ਦੱਸਿਆ ਜਾ ਰਿਹਾ ਜੀ ਮਾਲਕਾਂ ਵੱਲੋਂ ਬਾਕੀ ਬੈੱਡ ਬੁੱਟ ਲੱਗੇ ਹੋਏ ਨੇ ਡਬਲ ਟੈਰੀ ਆ ਸਾਨੇ ਟਾਇਰ 20 ਕੁਆਂਟਲ ਦੱਸ ਰਹੇ ਸੀ ਵੇਟ ਬਾਕੀ ਤੁਸੀਂ ਮਾਲਕਾਂ ਨੂੰ ਕਨਫਰਮ ਕਰ ਲਿਓ ਇੱਕ ਵਾਰ ਕਾਲ ਕਰਕੇ ਰੀਲ ਦਾ ਹਿਸਾਬਾ ਟਰਾਲੀ ਨੂੰ ਲੱਗਾ ਹੋਇਆ ਜੈਕ ਵਗਰਾ ਲੱਗਾ ਹੋਇਆ ਜੀ ਤੇ ਕੋਈ ਕੋਈ ਕਮੀ ਪੇਸ਼ੀ ਨਹੀਂ ਹੈ ਕਿ ਬਾਕੀ ਆਹ ਤੀ ਹਾਲਤ ਵਗੈਰਾ ਪੂਰੀ ਵੇਖ ਸਕਦੇ ਹੋ ਚੰਗੀ ਹਾਲਤ ਦੇ ਵਿੱਚ ਪਈ ਹੋਈ ਆ ਮਾਨਸਾ ਏਰੀਏ ਵਿਖੇ ਖੜੀ ਹੈ ਇਹ ਟਰਾਲੀ ਪੂਰੀ ਨਿੱਗਰਾ ਹੈਵੀ ਬਣੀ ਹੋਈ ਆ 1,95,55,000 ਰੁਪਇਆ ਅ ਡਿਮਾਂਡ ਰੱਖੀ ਗਈ ਸੀ ਮਾਲਕਾਂ ਵੱਲੋਂ ਇਹਦੀ ਮੌਕੇ ਤੇ ਘੱਟ ਵੱਧ ਕਰ ਲੈਣਗੇ ਜੋ ਵੀ ਮਾਲਕਾਂ ਦੇ ਨੰਬਰ ਆ ਤੁਹਾਨੂੰ ਥੱਲੇ ਦਿੱਤੇ ਜਾ ਰਹੇ ਨੇ ਇਹਨਾਂ ਨੰਬਰਾਂ ਤੇ ਫੋਨ ਲਾ ਕੇ ਤੁਸੀਂ 11 ਫੁੱਟੀ ਟਰਾਲੀ 1,55,000 ਰੇਟ ਰੱਖਿਆ ਗਿਆ ਜੀ ਇਹਦਾ ਖਰੀਦ ਸਕਦੇ ਹੋ ਮਾਲਕਾਂ ਦੇ ਦੱਸਣ ਅਨੁਸਾਰ ਨਵੀਂ ਬਣੀ ਹੋਈ ਹੈ ਜੀ ਬਾਕੀ ਮਾਲਕਾਂ ਨਾਲ ਗੱਲਬਾਤ ਕਰਕੇ ਤੁਸੀਂ ਇਹਦੇ ਬਾਰੇ ਹੋਰ ਕੰਪਲੀਟ ਡਿਟੇਲ ਲੈ ਸਕਦੇ ਹੋ। ਬਾਕੀ ਐਂਡ ਤੱਕ ਵੀਡੀਓ ਜਰੂਰ ਵੇਖਿਓ ਤੇ ਅੱਗੇ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਜੀ। ਆਈਸ਼ਰ ਵਲਟਰਾ 450 ਆਈਸ਼ਰ ਵਲਟਰਾ 450 ਇਹ ਟਰੈਕਟਰ ਬਾਈ ਮੈਂ ਵੀ ਨਹੀਂ ਹੱਦ ਤੱਕ ਵੇਖਿਆ ਸੀਗਾ ਇੱਕ ਵੀਰ ਨੇ ਸਬਸਕ੍ਰਾਈਬਰ ਨਹੀਂ ਆਪਣੇ ਨੇ ਭੇਜਿਆ ਐਡ ਪਾਉਣ ਲਈ ਮੈਂ ਤਾਂ ਪਹਿਲੀ ਵਾਰ ਵੇਖ ਰਿਹਾ ਏ ਟਰੈਕਟਰ ਤੇ 2004 ਮਾਡਲ ਦੱਸਿਆ ਜਾ ਰਿਹਾ 61 ਹਾਰਸ ਪਾਵਰ ਠੀਕ ਆ ਕੋਈ ਬੜੀਆ ਪੂਰਾ ਵੱਡਾ ਟਰੈਕਟਰ ਪਾਵਰ ਸਟੀering ਆ ਤੇਲ ਵਾਲੀਆਂ ਬ੍ਰੇਕਾਂ ਆ 3 ਸਪੀਡ ਆ ਤੇ ਡਬਲ ਪੀਡੀਓ ਦੀ ਸਪੀਡ ਆ ਮੇਰੇ ਹਿਸਾਬ ਨਾਲ ਸ਼ਾਇਦ ਇਹਦੀ ਤੇ 4 ਵੌਲ ਲੱਗੇ ਹੋਏ ਡਿਸਟ੍ਰਿਬਿਊਟਰ ਵਾਲੇ ਚਾਰ ਡਿਸਟ੍ਰਿਬਿਊਟਰ ਯਾਨੀ ਕਿ ਆਰਮ ਟਰੈਕਟਰ ਨੂੰ ਦੋ ਹੁੰਦੇ ਆ ਤੇ 65 ਹਾਰਸ ਪਾਵਰ ਵਾਲੇ ਜਿਵੇਂ ਆ ਜਾਂਦੇ ਉਹਨਾਂ ਚਾਰ ਰਲਕੇ ਹੁੰਦੇ ਕਈਆਂ ਨੂੰ ਇਹਦੇ ਚਾਰ ਲੱਗੇ ਹੋਏ ਆ 60 ਪੈਸੇ ਟਾਇਰ ਦੱਸ ਰਹੇ ਨੇ ਬਾਕੀ ਜੋ ਇੰਜਣ ਦਾ ਗੇਅਰ ਦਾ ਲੈਫਟ ਦਾ ਪੂਰਾ ਓਕੇ ਪਿਆ ਜ਼ੀਲ ਦਾ ਕੋਈ ਕੰਮ ਨਹੀਂ ਪਾਲਦਾਗਾ ਕੋਈ ਕਮੀ ਪੇਸ਼ੀ ਨਹੀਂ ਬਾਕੀ ਵਾਕੇ ਚਲਾ ਕੇ ਤੁਸੀਂ ਚੈੱਕ ਚੁੱਕ ਕਰਕੇ ਆਦਾ ਖਰੀਦ ਲਿਓ ਜਿੰਨਾ ਵੀ ਰਾਂ ਨਹੀਂ ਲੈਣਾ ਹੋਵੇ ਇਹ ਪੂਰੀ ਵੱਡਾ ਟਰੈਕਟਰ ਲੁਧਿਆਣਾ ਏਰੀਏ ਵਿਖੇ ਖੜਾ ਹੈ ਜੀ ਤੇ ਡਿਮਾਂਡ ਵੀ ਕੋ ਬਾਲੀ ਨਹੀਂ ਹੈਗੀ 2,75,000 ਰੁਪਇਆ ਡਿਮਾਂਡ ਸੀਗੀ ਟਰੈਕਟਰ ਦੀ ਰੱਖੀ ਗਈ ਮੌਕੇ ਤੇ ਘੱਟ ਵੱਧ ਕਰ ਲੈਣਗੇ ਤੇ ਜਿਹੜੇ ਨੰਬਰ ਆ ਥੱਲੇ ਦੇ ਰਹੇ ਆ ਇਹਨਾਂ ਨੰਬਰਾਂ ਤੇ ਫੋਨ ਲਾ ਕੇ ਜਾਂ ਫਿਰ ਵਟਸਐਪ ਤੇ ਗੱਲਬਾਤ ਕਰਕੇ ਇਨਾ ਵੀਰਾਂ ਕੋਲੋਂ ਇਹ ਟਰੈਕਟਰ ਖਰੀਦ ਸਕਦੇ ਹੋਂ ਜਿਹੜੇ ਵੀਰਾਂ ਨੇ ਲੈਣਾ ਹੋਵੇ ਬਾਕੀ ਜਿਹੜਾ ਟਰੈਕਟਰ ਆ ਇਹ ਉਹ ਲੱਗ ਜੀ ਤਕਨੀਕ ਦਾ ਪਤਾ ਤਾਂ ਮੈਨੂੰ ਵੀ ਨਹੀਂ ਲੱਗਦਾ ਟਰੈਕਟਰ ਬਾਰੇ ਕੋਈ ਬਹੁਤਾ ਜਾਣੇ ਕਿਉਂਕਿ ਮੈਂ ਵੀ ਪਹਿਲੀ ਵਾਰ ਵੇਖਿਆ ਬਾਕੀ ਜੇ ਕਿਸੇ ਸਬਸਕ੍ਰਾਈਬਰ ਨੇ ਵੇਖਿਆ ਹੋਵੇ ਹਨ ਤਾਂ ਦੱਸਿਓ ਜਰੂਰ ਬਿ ਟਰੈਕਟਰ ਵਿੱਚ ਇਹਦੇ ਵਿੱਚ ਕੀ ਖਾਸ ਹੈ ਤਾਂ ਬਾਕੀ ਮੈਂ ਲੱਭਣ ਦੀ ਜਰੂਰ ਕੋਸ਼ਿਸ਼ ਕਰੂੰਗਾ ਮੈਂ ਵੀ ਪਹਿਲੀ ਵਾਰ ਵੇਖਿਆ ਇਹ ਤੇ ਬਾਕੀ ਯੂਰੋ ਪਾਵਰ ਆਈਸ਼ਰ ਵਾਲਿਆਂ ਦਾ 450 ਵਾਲਟਰਾ ਬਾਕੀ ਤੁਸੀਂ ਖਰੀਦ ਸਕਦੇ ਹੋ ਜਿੰਨਾ ਨਹੀਂ ਵੀ ਲੈਣਾ ਹੋਵੇ 275000 ਰੇਟ ਆ ਚਾਰ ਮਾਡਲ ਆ ਤੇ 60 ਹਾਰਸ ਪਾਵਰ ਦੇ ਵਿੱਚ ਮਤਲਬ ਕਹਿੰਦਾ ਵਧੀਆ ਕੋਈ ਮਾੜਾ ਨਹੀਂ ਹੈਗਾ ਇਹ ਤੇ ਹੁਣ ਆਪਾਂ ਅੱਗੇ ਗੱਲ ਕਰ ਲੈਨੇ ਆ ਮਹਿੰਦਰਾ 265 ਡੀਆਈ ਆ ਜਾਂਦਾ ਅੱਗੇ ਆਪਣੇ ਕੋਲ ਸੇਲ ਦੇ ਵਿੱਚ ਮਾਡਲ ਦੀ ਗੱਲ ਕਰ ਲੈਨੇ ਸਭ ਤੋਂ ਪਹਿਲਾਂ 2000 ਮਾਡਲ ਪੂਰਾ ਦੱਸਿਆ ਜਾ ਰਿਹਾ ਮਾਲਕਾਂ ਵੱਲੋਂ ਔਰ ਹੀ ਮਗਰਲੇ ਸਿਰੇ ਫੋਟੋ ਵੇਖ ਸਕਦੇ ਹੋ ਟਰੈਕਟਰ ਜੋ ਇੰਜਨ ਗੇਅਰ ਲੈਫਟ ਮਗਰਲੇ ਸਿਰ ਜਮਾ ਓਕੇ ਪਿਆ ਸੀਲ ਦਾ ਕੋਈ ਕੰਮ ਨਹੀਂ ਭਾਲਦਾ ਕੋਈ ਕਮੀ ਪੇਸ਼ੀ ਨਹੀਂ ਹੈਗੀ 90 90 ਪੈਸੇ ਟਾਇਰ ਦੱਸੇ ਜਾ ਰਹੇ ਨੇ ਆ ਮਾਲਕਾਂ ਵੱਲੋਂ ਇਸ ਟਰੈਕਟਰ ਦੇ ਬਾਕੀ ਹਾਲਤ ਵਗੈਰਾ ਤੁਸੀਂ ਟਰੈਕਟਰ ਦੀ ਪੂਰੀ ਵੇਖ ਹੀ ਸਕਦੇ ਹੋ ਪੂਰੀ ਟੌਪ ਕਲਾਸ ਦੀ ਹਾਲਤ ਆ ਫਿਰੋਜ਼ਪੁਰ ਏਰੀਆ ਵਿੱਚ ਖੜਾ ਹੈ ਟਰੈਕਟਰ ਤੇ ਟਰੈਕਟਰ ਕੋਈ ਕੰਮ ਨਹੀਂ ਭਾਲਦਾਗਾ ਮਾਲਕਾਂ ਵੱਲੋਂ ਜੋ ਇਹ ਟਰੈਕਟਰ ਦੀ ਡਿਮਾਂਡ ਰੱਖੀ ਗਈ ਉਹ ਹੈਗੀ ਆ 2,30,000 ਰੁਪਈਆ ਤੇ ਬਾਕੀ ਯਾਰ ਮੈਂ ਕਹਿੰਦਾ ਵੀ ਜਿੰਨਾਂ ਕੋ ਹਨਾ 5-7 ਕਿੱਲੇ ਕਰਨੇ ਆ ਮਹਿੰਦਰਾ ਟਰੈਕਟਰ ਵਧੀਆ ਰਹਿੰਦੇ ਆ ਛੋਟੇ ਕੰਮ ਵਾਸਤੇ ਵਧੀਆ ਬਾਹੀ ਕਰ ਦਿੰਦੇ ਆ ਤੇ ਜਿੰਨਾਂ ਨੇ ਵੀ ਲੈਣਾ ਹੋਵੇ ਥੱਲੇ ਦਿੱਤੇ ਜਾ ਰਹੇ ਨੇ ਨੰਬਰ ਫੋਨ ਲਾ ਕੇ ਤੁਸੀਂ ਖਰੀਦ ਸਕਦੇ ਹੋ ਕਿਉਂਕਿ ਯਾਰ ਛੋਟੇ ਟਰੈਕਟਰ ਤੋਂ ਹਨ ਫਾਇਦਾ ਰਹਿੰਦਾ ਵਾ ਛੋਟੇ ਜ਼ਿਮੀਦਾਰ ਨੂੰ ਵੀ ਛੇਤੀ ਜਾਨੀ ਕਿ ਕਰ ਲੈਂਦਾ ਬੰਦਾ ਪੈਸੇ ਪੁੱਛੇ ਦਾ ਹੀਲਾ ਤੇ ਹੁਣ ਆਪਾਂ ਅੱਗੇ ਗੱਲ ਕਰ ਲੈਨੇ ਆ ਸੋਨਾਲੀ ਕਾ 60 RX Walder Tracts ਕੰਦਾ ਮਾਡਲ ਦੀ ਮਾਡਲ ਦੀ ਗੱਲ ਕਰ ਲੈਨੇ ਆ ਸਭ ਤੋਂ ਪਹਿਲਾਂ 2018 ਮਾਡਲ ਦੱਸਿਆ ਜਾ ਰਿਹਾ ਮਾਲਕਾਂ ਵੱਲੋਂ ਬਾਕੀ ਜੋ ਸ਼ੋਦਾ ਰੰਗ ਇੰਜਨ ਬਾਡੀ ਚਾਸੀ ਲਿੰਕਾਂ ਦਾ ਰੰਗ ਪੂਰਾ ਓਕੇ ਪਿਆ ਜੀ ਕੋਈ ਕੰਮ ਨਹੀਂ ਭਾਲਦਾਗਾ ਕੋਈ ਕਮੀ ਭੇਸ਼ੀ ਨਹੀਂ 24 ਸਪੀਡਾਂ ਨੇ ਇਹਦੇ ਵਿੱਚ ਸ਼ਟਲ ਗੇਅਰ ਸਿਸਟਮ ਹੁੰਦਾ ਛੱਰ ਤੇ ਬਾਕੀ ਤੁਸੀਂ ਅੱਗੇ ਵੇਟ ਵਗੈਰਾ ਟੰਗ ਸਕਦੇ ਹੋ ਪਾਵਰ ਸਟੀering ਹੁੰਦਾ ਤੇ ਕੋਈ ਕਮੀ ਭੇਸ਼ੀ ਨਹੀਂ ਹੈਗੀ ਟਰੈਕਟਰ ਦੇ ਅੰਦਰ ਕੋਈ ਕੰਮ ਨਹੀਂ ਭਾਲਦਾਗਾ ਕਿ ਤੋ ਚਾਬੀ ਨਹੀਂ ਲਗਾਉਂਦਾ ਇਹ ਤੇ ਆਹ ਤੁਸੀਂ ਮਗਰਲਾ ਹਿੱਸਾ ਵੇਖ ਸਕਦੇ ਹੋ ਟਰੈਕਟਰ ਦਾ ਪੂਰਾ ਸਿਰੇ ਦਾ ਟੌਪ ਕਲਾਸ ਟਰੈਕਟਰ ਹੈ ਜੀ ਬਾਕੀ ਟਾਇਰ ਵਗੈਰਾ ਚੰਗੀ ਹਾਲਤ ਰੇ ਵਿੱਚ ਪਏ ਹੋਏ ਨੇ ਬਰਨਾਲਾ ਏਰੀਏ ਵਿਖੇ ਇਹ ਟਰੈਕਟਰ ਖੜਾ ਹੋਇਆ ਐਟ ਅ ਟਾਈਮ ਮੌਕੇ ਤੇ ਜਾ ਕੇ ਵਾਹ ਕੇ ਚਲਾ ਕੇ ਚੈੱਕ ਕਰਕੇ ਮੈਸਤਰੀ ਤੋਂ ਪੁੱਛ ਪੁੱਛ ਕੇ ਗਰੰਟੀ ਲੈ ਕੇ ਆਪ ਦਾ ਟਰੈਕਟਰ ਖਰੀਦ ਸਕਦੇ ਹੋ ਤੇ 5 ਲੱਖ ਤੇ 70000 ਰੁਪਇਆ ਮਾਲਕਾਂ ਵੱਲੋਂ ਇਸ ਟਰੈਕਟਰ ਦੀ ਡਿਮਾਂਡ ਰੱਖੀ ਗਈ ਸੀ ਬਾਕੀ ਮੌਕੇ ਤੇ ਘੱਟ ਵੱਧ ਕਰ ਲੈਣਗੇ ਜੋ ਵੀ ਨੰਬਰ ਆ ਮਾਲਕਾਂ ਦੇ ਤੁਹਾਨੂੰ ਥੱਲੇ ਸ਼ੋ ਹੁੰਦੇ ਪਏ ਨੇ ਇਹਨਾਂ ਨੰਬਰਾਂ ਤੇ ਫੋਨ ਲਾ ਕੇ ਜਾਂ ਫਿਰ ਤੁਸੀਂ ਵਟਸਐਪ ਤੇ ਗੱਲਬਾਤ ਕਰਕੇ ਇਹਨਾਂ ਵੀਰਾਂ ਕੋਲੋਂ ਇਹ ਤੁਸੀਂ ਟਰੈਕਟਰ ਸੋਨਾਲੀਕਾ 60 RX ਵਾਲਾ ਟਰੈਕ ਖਰੀਦ ਸਕਦੇ ਹੋ ਜਿਨ੍ਹਾਂ ਨੂੰ ਵੀ ਲੋੜ ਹੋਵੇ ਕਿ ਹੁਣ ਅਪਾਗੀ ਗੱਲ ਕਰ ਲੈਣੀ ਆ 43600 ਦੀ ਸਭ ਤੋਂ ਪਹਿਲਾਂ ਮਾਡਲ ਦੀ ਗੱਲ ਕਰੀਏ 1995 ਮਾਡਲ ਆ ਇਹ ਟਰੈਕਟਰ ਤੇ 90 ਕੁ ਪੈਸੇ ਮਾਲਕਾਂ ਵੱਲੋਂ ਟਾਇਰ ਦਸੇ ਜਾ ਰਹੇ ਨੇ ਟਰੈਕਟਰ ਦੇ ਬਾਕੀ ਰੰਗ ਪੇਂਟ ਤੁਸੀਂ ਵੇਖ ਸਕਦੇ ਹੋ ਪੂਰਾ ਸਾਫ਼ ਰਹੇ ਜੇ ਨਾ ਰੰਗ ਪਿਆ ਹੋਇਆ ਹੈ ਟਰੈਕਟਰ ਦਾ ਟਰੈਕਟਰ ਕੋਈ ਕੰਮ ਨਹੀਂ ਭਾਲਦਾ ਕੋਈ ਕਮੀ ਪੇਸ਼ੀ ਨਹੀਂ ਹੈਗੀ ਟਰੈਕਟਰ ਦੇ ਅੰਦਰ ਬਾਕੀ ਆ ਤੁਸੀਂ ਇੰਜਨ ਉੰਜਨ ਦੀਆਂ ਫੋਟੋਆਂ ਵੇਖ ਸਕਦੇ ਹੋ ਰੰਗ ਰੰਗ ਪੂਰਾ ਵਧੀਆ ਪਿਆ ਜੀ ਟਰੈਕਟਰ ਪੂਰੀ ਓਕੇ ਗਾਟ ਕੰਡੀਸ਼ਨ ਚ ਆ ਬਾਗਾ ਪ੍ਰਾਣਾ ਏਰੀਆ ਵਿਖੇ ਖੜਾ ਹੈ ਜੀ ਇਧਰ ਮੋਗੇ ਚ ਪਿਆ ਜਾਂਦਾ ਹੈ ਤੇ 190000 ਰੁਪਇਆ ਜੋ ਮਾਲਕਾਂ ਵੱਲੋਂ ਇਸਟ੍ਰੈਟਜੀ ਡਿਮਾਂਡ ਰੱਖੀ ਗਈ ਸੀਗੀ ਮੌਕੇ ਤੇ ਥੋੜਾ ਬਹੁਤਾ ਕੱਟ ਕਰ ਲੈਣਗੇ ਨੰਬਰ ਆ ਜਿਹੜੇ ਮਾਲਕਾਂ ਦੇ ਤੁਹਾਨੂੰ ਥੱਲੇ ਦੇ ਰਹੇ ਆਂ ਆਪਾਂ ਇਹਨਾਂ ਨੰਬਰਾਂ ਤੇ ਫੋਨ ਲਾ ਕੇ ਜਾਂ ਫਿਰ ਵਟਸਐਪ ਤੇ ਗੱਲਬਾਤ ਕਰਕੇ ਤੁਸੀਂ ਇਹ ਟਰੈਕਟਰ ਜਿਹੜਾ ਖਰੀਦ ਸਕਦੇ ਹੋ ਜਿੰਨਾ ਵੀ ਰਾਂ ਨੂੰ ਲੋਡ ਹੋਵੇ ਜਿਹੜੇ ਵੀਰ ਭਾਈ ਸੱਜਣ ਮਿੱਤਰ ਆਪਣੀ ਚਾਹਵਨ ਹੋਣ ਇਹ 포ਡ 3600 ਟਰੈਕਟਰ ਲੈਣਦੇ ਬਾਕੀ ਅੱਜਕੱਲ ਤਾਂ ਮੋਡੀਫਾਈ ਵੀ ਬਹੁਤ ਜਾਣੇ ਕਰਾਉਂਦੇ ਨੇ 포3600 ਨੂੰ ਤੇ ਬਾਕੀ ਬਹੁਤ-ਬਹੁਤ ਧੰਨਵਾਦ ਕਰਦੇ ਆ ਬਾਬੇ ਜਿੰਨੇ ਵੀਰ ਹਨ ਆਪਣੇ ਨਾਲ ਸਪੋਰਟ ਕਰਦੇ ਨੇ ਜਿੰਨੇ ਵੀ ਆਪਣੇ ਨਾਲ ਵੀਡੀਓ ਵੇਖਦੇ ਨੇ ਹਰ ਰੋਜ਼ ਲਾਈਕ ਕਰਦੇ ਆ ਸੀ ਉਹਨਾਂ ਤਹਿ ਦਿਲ ਤੋਂ ਧੰਨਵਾਦ ਕਰਦੇ ਨੇ ਆ ਤੇ ਹੁਣ ਆਪਾਂ ਅੱਗੇ ਗੱਲ ਕਰ ਲੈਨੇ ਆ ਆਪਣੀ ਲਾਸਟ ਐਡ ਅਰਜੈਂਸੀ 105 D I I 2018 ਮਾਡਲ ਦਾ ਇਹ ਟਰੈਕਟਰ ਟਰੈਕਟਰ ਕੋਈ ਕੰਮ ਨਹੀਂ ਭਾਲਦਾਗਾ ਕੋਈ ਕਮੀ ਪੇਸ਼ੀ ਨਹੀਂ ਹੈਗੀਗੀ 2018 ਮਾਡਲ ਆ 95 ਪੈਸੇ ਟਾਇਰ ਦਸੇ ਜਾ ਰਹੇ ਨੇ ਨਾਲ ਦੇ ਬਾਕੀ ਮਾਲਕਾਂ ਦੇ ਨਾਲ ਤੁਸੀਂ ਗੱਲਬਾਤ ਕਰਕੇ ਕੰਪਲੀਟ ਡਿਟੇਲ ਲੈ ਸਕਦੇ ਹੋ ਰੰਗ ਪੇਂਟ ਆ ਜੋ ਸਾਰਾ origignal ਆ ਜਿਹੜਾ ਏਜੰਸੀ ਚੋਂ ਆਇਆ ਸੀਗਾ ਟਰੈਕਟਰ ਨੂੰ ਤੇ ਟਰੈਕਟਰ ਜੋ ਇੰਜਨ ਗੇਅਰ ਲੈਫਟ ਮਗਰਲੇ ਸਿਰਾ ਪੂਰਾ ਓਕੇ ਗਾਡ ਕੰਡੀਸ਼ਨ ਵਧੀਆ ਹਾਲਤ ਦੇ ਵਿੱਚ ਪਿਆ ਹੋਇਆ ਕੋਈ ਕੰਮ ਨਹੀਂ ਭਾਲਦਾ ਕੋਈ ਕਮੀ ਪੇਸ਼ੀ ਨਹੀਂ ਹੈਗੀਗੀ 550 ਘੰਟਾ ਟਰੈਕਟਰ ਕਾਲਜ ਚੱਲਿਆ ਹੋਇਆ ਹਜੇ ਤੱਕ ਬਾਕੀ ਆ ਤੁਸੀਂ ਮਗਰਲੇ ਸਿੱਡੀਆਂ ਫੋਟੋਆਂ ਵੇਖ ਸਕਦੇ ਹੋ ਮਗਰਲੇ ਸਿਲੂ ਟਰੈਕਟਰ ਪੂਰਾ ਗੁੱਕੀ ਗੁੱਡ ਪਿਆ ਹੋਇਆ ਜੀ ਤੇ 95 ਪੈਸੇ ਨਾਲ ਦੇ ਟਾਇਰ ਦਸੇ ਜਾ ਰਹੇ ਨੇ ਮਾਲਕਾਂ ਵੱਲੋਂ ਵਾਹ ਕੇ ਚਲਾ ਕੇ ਫੁੱਲ ਗਰੰਟੀ ਦੇ ਰਹੇ ਨੇ 6 ਲੱਖ ਤੇ 95000 ਰੇਟ ਰੱਖਿਆ ਗਿਆ ਮਾਲਕਾਂ ਦਾ ਇਸ ਟਰੈਕਟਰ ਦਾ ਬਾਕੀ ਮੌਕੇ ਤੇ ਘੱਟ ਵੱਧ ਕਰ ਲੈਣਗੇ ਜਿਹੜੇ ਵੀ ਨੰਬਰ ਨੇ ਮਾਲਕਾਂ ਦੇ ਉਹ ਤੁਹਾਨੂੰ ਥੱਲੇ ਦੇ ਰਹੇ ਆ ਇਹਨਾਂ ਨੰਬਰਾਂ ਤੇ ਫੋਨ ਲਾ ਕੇ ਗੱਲਬਾਤ ਕਰ ਸਕਦੇ ਹੋ ਮਾਲਕਾਂ ਨਾਲ ਜਿੰਨਾ ਵੀ ਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ ਜਿਹੜੇ ਭਾਈ ਸੱਜਣ ਮਿੱਤਰ ਹੀ ਟਰੈਕਟਰ ਲੈਣ ਦੇ ਚਾਹਵਨ ਹੋਣ ਮਾਲਕਾਂ ਨਾਲ ਗੱਲਬਾਤ ਕਰਕੇ ਟਰੈਕਟਰ ਖਰੀਦ ਸਕਦੇ ਨੇ ਬਾਕੀ ਬਹੁਤ ਬਹੁਤ ਧੰਨਵਾਦ ਜਿਹੜੇ ਵੀ ਸਾਡੇ ਨਾਲ ਅਖਰ ਤੱਕ ਬਣੇ ਰਹੇ ਨੇ ਜਿਨ੍ਹਾਂ ਨੇ ਸਾਨੂੰ ਅਖਰ ਤੱਕ ਸਪੋਰਟ ਕੀਤੀ ਧੰਨ